ਕਮਾਨ ਤੁਸੀਂ ਤੋੜਨਾ ਸੀਗਾ, ਇਹ ਬੰਦਾ ਇੱਥੇ ਮੌਜੂਦ ਨਹੀਂ ਹੈਗਾ, ਟਰੈਕਟਰ ਦਾ ਸਭ ਦੇ ਘਰ ਤਾਲੇ ਲੱਗੇ ਹੋਏ, ਕਿਸੇ ਨੇ ਵੀ ਕਮਾਨ ਤੋੜ ਕੇ ਲੱਗੇ ਠੇਕੇਦਾਰ ਜੀ, ਸਾਡੇ ਕਲੋਨੀ ਦੇ ਬਾਹਰ ਹੀ ਰਹਿੰਦਾ ਜੀ। ਹਾਂਜੀ ਅੰਕਲ ਜੀ, ਸਾਡਾ ਕਲੋਨੀ ਦਾ ਮੈਂਬਰ ਹੈ ਜੀ। ਕੋਈ ਨੋਟਿਸ ਤਾਂ ਦੇਣਾ ਸੀ ਅੰਕਲ ਜੀ, ਆਰਮੀ ਦੀ ਡਿਫੈਂਸ ਲੈਂਡ ਦੇ ਕੇ ਉਹਨਾਂ ਨੋਟ ਤੋਂ ਉਹਨਾਂ ਨੇ ਆਰਡਰ ਦਿੱਤਾ ਸੀ, ਇਸ ਕਰਕੇ ਆਏ ਆ। ਠੀਕ ਹੈ, ਤੁਸੀਂ ਹੁਣ ਸਮਾਨ ਦੇਖੋ, ਇੰਨਾ ਸਮਾਨ ਅਵੇਲੇਬਲ ਨਹੀਂ ਹੈ, ਸਮਾਨ ਲਵਾਓ ਪਹਿਲਾਂ। ਨਹੀਂ ਸਮਾਨ ਨਹੀਂ ਲੈਣਾ, ਇਹ ਗੱਲ ਛੱਡੋ ਤੁਸੀਂ। ਹਾਂ ਇਹ ਵੀ ਹੈਗਾ ਨਹੀਂ, ਤੁਹਾਡੀ ਗੱਲ ਨਹੀਂ ਮੰਨਦੇ ਸਰ, ਤੁਹਾਡੇ ਕੀ ਰਿਕੁਐਸਟ ਹੈ ਜੀ, ਹੱਥ ਜੋੜ ਕੇ? ਨਹੀਂ ਇੱਦਾਂ ਨਹੀਂ ਹੋਏਗਾ, ਫਿਰ ਮੈਂ ਦੂਜੇ ਪਾਸੇ ਤੁਰ ਪੈਣਾ ਜੀ। ਮੈਂ ਜਿਹੜੀ ਗੱਲ ਕਹਿ ਰਿਹਾ ਤੁਹਾਡੀ ਵੀ ਰਿਸਪੈਕਟ ਕਰ ਰਿਹਾ ਮੈਂ। ਠੀਕ ਹੈ ਕਾਕਾ, ਚਲੋ ਗੱਡੀ ਲੈ ਕੇ ਆ, ਲੈ ਜਾਓ ਬਸ, ਆਹਾਂ ਨਾ ਚੁੱਕੋ, ਸਾਡਾ ਮਕਾਨ ਇੱਥੇ ਬੰਦ ਪਿਆ, ਮੰਨ ਲਓ ਨਾ ਇੱਥੇ ਮਕਾਨ ਦਾ ਮੌਜੂਦਾ ਮਕਾਨ, ਮੈਂ ਤੁਹਾਡੀ ਗੱਲ ਮੰਨ ਲਈ ਆ। ਇੱਕ ਮਿੰਟ ਸਰ, ਰਿਕੁਐਸਟ ਸੁਣ ਲਓ ਮੇਰੀ, ਇਸ ਤਰੀਕੇ ਨਾਲ ਤਾਂ ਅਸੀਂ ਕਦੇ ਵੀ ਆਪਦੇ ਘਰ ਤੋਂ ਫੜ ਕੇ ਆਪਦੇ ਰਿਸ਼ਤੇਦਾਰਾਂ ਕੋਲ ਜਾ ਨਹੀਂ ਸਕਦੇ, ਇਹ ਤਾਂ ਮੇਰਾ ਤੁਹਾਡੇ ਨੂੰ ਮੰਨਦੇ ਕੋਈ ਨੋਟਿਸ ਤਾਂ ਦੇਣਾ ਸੀ ਅੰਕਲ ਜੀ, ਤੁਸੀਂ ਹੁਣ ਸਮਾਨ ਦੇਖੋ, ਇੰਨਾ ਸਮਾਨ ਆ ਗਿਆ, ਕੋਈ ਨਹੀਂ ਸਮਾਨ ਲਵਾਓ ਪਹਿਲਾਂ, ਸਮਾਨ ਨਹੀਂ ਲੈਣਾ, ਇਹ ਗੱਲ ਛੱਡੋ ਤੁਸੀਂ। ਆ ਇਹ ਵੀ ਹੈਗਾ ਨਹੀਂ, ਤੁਹਾਡੀ ਗੱਲ ਨਹੀਂ ਮੰਨਦੇ ਸਰ, ਤੁਹਾਡੇ ਅੱਗੇ ਰਿਕੁਐਸਟ ਹੈ ਜੀ, ਹੱਥ ਜੋੜ ਕੇ? ਨਹੀਂ ਇੱਦਾਂ ਨਹੀਂ ਹੋਏਗਾ, ਫਿਰ ਮੈਂ ਦੂਜੇ ਪਾਸੇ ਤੁਰ ਪੈਣਾ ਜੀ। ਮੈਂ ਜਿਹੜੀ ਗੱਲ ਕਹਿ ਰਿਹਾ ਤੁਹਾਡੀ ਵੀ ਰਿਸਪੈਕਟ ਕਰ ਰਿਹਾ ਮੈਂ। ਠੀਕ ਹੈ ਕਾਕਾ, ਚਲੋ ਗੱਡੀ ਲੈ ਕੇ ਆ, ਲੈ ਜਾਓ ਬਸ, ਆਹਾਂ ਨਾ ਚੁੱਕੋ, ਕਿਸ ਤਰ੍ਹਾਂ ਗਿਣਤੀ ਹੋ ਜਾਏਗੀ ਜਨਾਬ? ਏਦਾਂ ਵੀ ਨਹੀਂ ਕਰੀਦਾ ਹੁੰਦਾ, ਜਿਹੜੀ ਗੱਲ ਮੈਂ ਕਹਿ ਰਿਹਾ ਠੀਕ ਹੈ ਨਾ।
आप ये गलत बात कर रहे हो, ये क्या मतलब है? मुर्दाबाद 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 मुर्दाबाद।